ਸਤਿ ਸ਼੍ਰੀ ਅਕਾਲ ਮੈਂ ਹਾਂ ਕਿਰਨ ਤੇ ਤੁਸੀਂ ਦੇਖ ਰਹੇ ਹੋ ਹੌਟ ਨਿਊਜ਼ ਇੰਡੀਆ ਟੀਵੀ। ਲੁਧਿਆਣਾ ਦੇ ਮੱਤੇਵਾੜਾ ਜੰਗਲ ਦੇ ਨਾਲ ਲੱਗਦੇ ਪਿੰਡਾਂ ਵਿੱਚ ਚੀਤੇ ਦੇ ਆਉਣ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਚੀਤੇ ਨੇ ਕਈ ਪਿੰਡਾਂ ਦੇ ਪਸ਼ੂਆਂ ਨੂੰ ਆਪਣਾ ਸ਼ਿਕਾਰ ਬਣਾ ਲਿਆ ਹੈ, ਜਿਸ ਕਾਰਨ ਇਹਨਾਂ ਪਿੰਡਾਂ ਦੇ ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਵੀ ਡਰਦੇ ਹਨ। ਸੀਨੀਅਰ ਅਕਾਲੀ ਆਗੂ ਸ਼ਰਨਜੀਤ ਸਿੰਘ ਢਿੱਲੋਂ ਵੀ ਇਹਨਾਂ ਪਿੰਡਾਂ ਦਾ ਦੌਰਾ ਕਰ ਚੁੱਕੇ ਹਨ, ਜਿਨ੍ਹਾਂ ਨੇ ਸਰਕਾਰ ਦੀ ਕਾਰਜ ਪ੍ਰਣਾਲੀ ਤੇ ਸਵਾਲ ਖੜੇ ਕੀਤੇ ਹਨ। ਉਹਨਾਂ ਕਿਹਾ ਕਿ ਜੰਗਲਾਤ ਵਿਭਾਗ ਦੀ ਅਣਗਹਿਲੀ ਕਾਰਨ ਕਈ ਪਿੰਡਾਂ ਦੇ ਲੋਕ ਡਰ ਦੇ ਮਾਹੌਲ ਵਿੱਚ ਰਹਿਣ ਲਈ ਮਜਬੂਰ ਹਨ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੀਨੀਅਰ ਅਕਾਲੀ ਆਗੂ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਮੱਤੇਵਾੜਾ ਦੇ ਜੰਗਲਾਂ ਨਾਲ ਲੱਗਦੇ ਕਰੀਬ 40 ਪਿੰਡਾਂ ਦੇ ਲੋਕਾਂ ਵਿੱਚ ਚੀਤੇ ਦਾ ਡਰ ਬਣਿਆ ਹੋਇਆ ਹੈ। ਉਹਨਾਂ ਕਿਹਾ ਕਿ ਜੰਗਲਾਤ ਵਿਭਾਗ ਕਾਰਵਾਈ ਨਹੀਂ ਕਰ ਰਿਹਾ, ਜਿਸ ਕਾਰਨ ਲੋਕਾਂ ਦੀ ਜਾਨ ਨੂੰ ਖਤਰਾ ਹੈ। ਉਹਨਾਂ ਕਿਹਾ ਕਿ ਇਹ ਸਰਕਾਰ ਅਤੇ ਜੰਗਲਾਤ ਵਿਭਾਗ ਦੀ ਵੱਡੀ ਭੁੱਲ ਹੈ। ਇਸ ਬਾਰੇ ਚ ਸ਼ਰਨਜੀਤ ਸਿੰਘ ਢਿੱਲੋਂ ਨੇ ਅੱਗੇ ਕੀ ਕਿਹਾ, ਆਓ ਜਾਣਦੇ ਹਾਂ। ਹੌਟ ਨਿਊਜ਼ ਇੰਡੀਆ ਟੀਵੀ ਦੇ ਲਈ ਰਜਿੰਦਰ ਅਰੋੜਾ ਦੀ ਰਿਪੋਰਟ। ਤਕਰੀਬਨ 1 ਮਹੀਨੇ ਤੋਂ ਉੱਪਰ ਹੋ ਗਿਆ, ਪਿਛਲੀ 17 ਤਰੀਕ ਨੂੰ ਵੱਛੀ ਲੈ ਗਿਆ ਘਰੋਂ, ਚੱਕ ਕੇ ਮਾਰ ਕੇ ਰੱਸਾ ਤੋੜ ਕੇ, ਇੰਨਾ ਜਾਨ ਆ ਉਹਦੇ 'ਚ ਕਿ ਰੱਸਾ ਕੀਲੇ ਦੇ ਨਾਲ ਉਹ ਤੋੜ ਕੇ ਲੈ ਕੇ ਗਿਆ। ਔਰ ਉਸ ਤੋਂ ਬਾਅਦ ਦੇ ਵਿੱਚ ਇੰਨੇ ਦਹਿਸ਼ ਦੇ ਵਿੱਚ ਆ, ਪੂਰੀ ਰਾਤ ਅਸੀਂ ਪਹਿਰਾ ਦਿੰਦੇ ਹਾਂ, ਪੂਰੀ ਰਾਤ ਅਸੀਂ ਕੋਠਿਆਂ ਤੇ ਬੈਠ ਕੇ ਪਹਿਰਾ ਦੇਈਦਾ ਹੈ। ਔਰ ਨਿਆਣਿਆਂ ਨੂੰ ਅੰਦਰ ਅਸੀਂ ਕੁੰਡੇ ਲਾ ਕੇ ਕਮਰਿਆਂ ਦੇ ਅੰਦਰ, ਇੰਨੀ ਗਰਮੀ ਦੇ ਵਿੱਚ ਉਹ ਅੰਦਰ ਨਿਆਣਿਆਂ ਨੂੰ ਰੱਖੀਦਾ ਕਿ ਬਾਹਰ ਕਿਸੇ ਟਾਈਮ ਵੀ ਕੋਈ ਵੀ ਖਤਰਾ ਵੱਧ ਸਕਦਾ। ਲੇਕਿਨ 4-5 ਦਿਨ ਪਹਿਲਾਂ ਇੱਕ ਮੇਰੇ ਨਾਲ ਮੇਰੇ ਤੋਂ ਥੋੜੀ ਦੂਰ ਗਾਂ ਮਾਰ ਕੇ ਖਾਧੀ ਹੈ, ਰਾਤੀ ਮੇਰੇ ਵਿਹੜੇ ਦੇ ਵਿੱਚ ਫੇਰ ਗਿਆ, ਉੱਥੇ ਕੁੱਤਾ ਫੜਿਆ ਉਹਨੇ, ਜਦੋਂ ਮੈਂ ਟਾਰਚ ਦੀ ਲਾਈਟ ਮਾਰੀ ਆ ਤਾਂ ਉਹ ਉੱਥੋਂ ਛੱਡ ਕੇ ਉਹਨੂੰ ਜੰਗਲ ਵਿੱਚ ਭੱਜ ਗਿਆ। ਕੋਈ ਨਹੀਂ, ਦੇਖੋ ਗੱਲ ਇਹ ਹੈ, ਇਹ ਮੱਤੇਵਾੜੇ ਦੇ ਆਲੇ ਦੁਆਲੇ 40-50 ਪਿੰਡ ਨੇ। ਇਸ ਮੌਕੇ ਆਪਾਂ ਗੜੀ ਫਾਜ਼ਿਲ ਖੜੇ ਹਾਂ, ਜਿਹੜਾ ਜੰਗਲੀ ਜਾਨਵਰ ਹੈ ਇਹ ਤੰਦੂਆ, ਚਾਰ ਨੇ ਇਹ, ਚਾਰ ਜਾਨਵਰ ਖੜਦੇ ਨੇ, ਉਹਨਾਂ ਦੇ ਗਾਹਾਂ ਬੱਚੇ ਨੇ। 2.5-3 ਮਹੀਨੇ ਤੋਂ ਇੰਨੀ ਬੁਰੀ ਹਾਲਤ ਕੀਤੀ ਪਈ ਹੈ ਲੋਕਾਂ ਦੀ, ਲੋਕ ਘਰਾਂ 'ਚੋਂ ਬਾਹਰ ਨਹੀਂ ਨਿਕਲ ਰਹੇ, ਪੱਠੇ ਲੈਣ ਜਾਂਦੇ ਨੇ ਖੇਤਾਂ ਦੇ ਵਿੱਚ, ਪੱਠੇ ਲੈਣ ਲੱਗੇ ਵੀ ਤਰਸਦੇ ਨੇ। ਗਾਹਾਂ ਲੜਕੀਆਂ ਘਰਾਂ ਦੇ ਵਿੱਚ ਉਡੀਕ ਕਰਦੀਆਂ ਨੇ, ਪੱਠੇ ਲੈਣ ਗਿਆ ਸੀ ਮੇਰੇ ਪਰਿਵਾਰ ਦਾ ਮੈਂਬਰ, ਘਰੇ ਵਾਪਸ ਵੀ ਆ ਜਾਵੇ ਛੇਤੀ, ਆਹ ਤਾਂ ਹਾਲਤ ਬਣੀ ਪਈ ਆ। ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ, ਇਹ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ, ਜੰਗਲਾਤ ਮਹਿਕਮੇ ਦੀ ਜ਼ਿੰਮੇਵਾਰੀ ਬਣਦੀ ਆ, ਤਕੜੇ ਹੋ ਕੇ ਇੱਕ ਮੁਹਿੰਮ ਬਣਾ ਕੇ ਇਸ ਤੰਦੂਏ ਨੂੰ ਫੜੋ, ਤਾਂ ਕਿ ਜੇ ਲੋਕਾਂ ਨੂੰ ਖਾ ਲਿਆ ਉਹਨੇ ਆ ਕੇ, ਕੋਈ ਪਹਿਲਾਂ ਗਾਂ ਖਾ ਗਿਆ, ਇੱਕ ਬੱਛੀ ਖਾ ਗਿਆ, ਅਖੀਰ ਨੂੰ ਕੋਈ ਨਾ ਕੋਈ ਬੰਦਾ ਵੀ ਖਾਊਗਾ ਹੀ, ਫਿਰ ਕੀ ਹੱਲ ਬਣੂਗਾ, ਫਿਰ ਵੀ ਸਰਕਾਰ ਭੱਜੀ ਫਿਰੂਗੀ। ਇਸ ਕਰਕੇ ਤਕੜੇ ਹੋ ਕੇ ਇਹਨੂੰ ਜਲਦੀ ਤੋਂ ਜਲਦੀ ਇਹਨੂੰ ਫੜਿਆ ਜਾਵੇ, ਤਾਂ ਕਿ ਲੋਕ ਸਹੀ ਤਰੀਕੇ ਨਾਲ ਬਜ਼ੁਰਗੀ ਕਰ ਸਕਣ। ਦੇਸ਼ਰਾਜ ਸਿੰਘ, ਹਾਂਜੀ, ਇਹਨਾਂ ਨੇ ਫੜਨਾ ਚਾਹੀਦਾ ਜੀ, ਸਾਰੇ ਪਿੰਡਾਂ 'ਚ ਘੁੰਮੀ ਜਾਂਦਾ ਜੀ ਇਹ, ਕਦੇ ਉਧਰਲੀ ਸੜਕ 'ਤੇ ਚਲੇ ਗਿਆ, ਕਦੇ ਉਧਰਲੀ ਸੜਕ 'ਤੇ ਚਲੇ ਗਿਆ, ਮਤਲਬ ਲੋਕ ਡਰੀ ਜਾਂਦੇ ਆ, ਕੋਈ ਕਿਸੇ ਨੂੰ ਕਹਿੰਦਾ, ਕੋਈ ਕਿਸੇ ਨੂੰ ਫੋਨ ਕਰਦਾ, ਕੋਈ ਕਿਸੇ ਨੂੰ ਫੋਨ ਕਰਦਾ, ਲੋਕ ਅੰਦਰ ਹੀ ਵੜਦੇ, ਬੱਚੇ ਸਕੂਲ ਨਹੀਂ ਜਾਂਦੇ ਹੈਗੇ, ਅਸੀਂ ਆਪ ਨਹੀਂ ਆਉਂਦੇ ਬਾਹਰ ਤੋਂ, ਰਾਤ ਨੂੰ ਮੋਟਰਾਂ ਦੀ ਲਾਈਟ ਰਾਤ ਦੀ ਕਦੇ ਆਉਂਦੀ ਆ, ਮੋਟਰ ਚਲਾਉਣੇ ਆਉਂਦੇ ਅਸੀਂ।